ਸਤਿਕਾਰਯੋਗ ਮੁਲਾਜ਼ਮ ਸਾਥੀਓ, ਅੱਜ CPF ਕਰਮਚਾਰੀ ਯੂਨੀਅਨ ਪੰਜਾਬ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿੱਥੇ ਨਾ ਤਾਂ ਸਾਨੂੰ NPS ਚਾਹੀਦੀ ਨਾ UPS। ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਸੰਘਰਸ਼ ਅਸੀਂ OPS ਭਾਵ ਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਲਈ ਕਰਦੇ ਸੀ, ਕਰਦੇ ਹਾਂ ਅਤੇ ਕਰਦੇ ਰਹਾਂਗੇ। ਸੋ ਉਹ ਦਿਨ ਦੂਰ ਨਹੀਂ ਜਿਹੜੀ ਸਰਕਾਰ ਨੇ ਅੱਜ NPS ਨੂੰ UPS 'ਤੇ ਲਿਆ ਕੇ ਖੜ੍ਹਾ ਕਰਤਾ। ਜੇਕਰ ਅਸੀਂ ਇਸੇ ਤਰ੍ਹਾਂ ਹੀ ਕੌਮੀ ਪੱਧਰ 'ਤੇ ਅਤੇ ਸੂਬਿਆਂ ਦੇ ਵਿੱਚ ਪ੍ਰੋਗਰਾਮ ਕਰਦੇ ਰਹੇ ਤਾਂ UPS ਨੂੰ OPS ਦੇ ਵਿੱਚ ਬਦਲਣ ਤੋਂ ਹੀ ਜ਼ਿਆਦਾ ਦੇਰ ਨਹੀਂ ਲੱਗੇਗੀ। ਸੋ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਜੋ ਫੈਸਲਾ ਕੀਤਾ ਉਹ ਫੈਸਲਾ ਇਸ ਤਰ੍ਹਾਂ ਆ ਕਿ ਅੱਜ 1 ਸਤੰਬਰ ਤੋਂ ਜਿਹੜਾ ਕੰਪਿਊਟਰ ਅਧਿਆਪਕਾਂ ਵੱਲੋਂ ਧੂਰੀ ਦੇ ਵਿੱਚ ਪ੍ਰੋਗਰਾਮ ਉਲੀਕਿਆ ਗਿਆ, ਉਸ ਪ੍ਰੋਗਰਾਮ ਦਾ CPF ਕਰਮਚਾਰੀ ਯੂਨੀਅਨ ਪੁਰਜ਼ੋਰ ਹਮਾਇਤ ਕਰਦੀ ਹੈ। ਅਤੇ ਆਪਣੇ ਅਸੀਂ ਜ਼ਿਲ੍ਹਾ ਆਗੂਆਂ ਨੂੰ ਵੀ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਸਮਾਂ ਲੱਗੇ ਤਾਂ ਉਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ। ਉਸਦੇ ਨਾਲ ਨਾਲ ਕੌਮੀ ਪੱਧਰ ਦਾ ਇੱਕ ਪ੍ਰੋਗਰਾਮ ਹੈ 2 ਤੋਂ ਲੈ ਕੇ 6 ਸਤੰਬਰ ਤੱਕ ਦਾ। ਇਸ ਪ੍ਰੋਗਰਾਮ ਦੇ ਮੁਤਾਬਕ ਦੇਸ਼ ਭਰ ਦੇ ਜਿੰਨੇ ਵੀ ਸਰਕਾਰੀ ਕਰਮਚਾਰੀ ਨੇ, ਜਿੰਨੇ ਵੀ ਉਹ ਲੋਕ ਜਿਹੜੇ NPS ਅਤੇ ਹੁਣ UPS ਤੋਂ ਵੀ ਪ੍ਰਭਾਵਿਤ ਨੇ, ਇਹ ਇਕੱਠੇ ਹੋ ਕੇ ਆਪਣੇ ਸਕੂਲਾਂ, ਕਾਲਜਾਂ, ਦਫ਼ਤਰਾਂ ਦੇ ਵਿੱਚ ਜਿੱਥੇ ਜਿੱਥੇ ਨੌਕਰੀ ਕਰਦੇ ਨੇ, ਕਾਲੇ ਰੰਗ ਦੀ ਪੱਟੀ ਹੱਥ ਬੰਨ੍ਹ ਕੇ ਇਹ ਆਪਣਾ ਰੋਸ ਪ੍ਰਦਰਸ਼ਨ ਕਰਨਗੇ। ਔਰ ਖਾਸ ਤੌਰ 'ਤੇ ਯਾਦ ਰਹੇ ਕਿ 2 ਤੋਂ 6 ਸਤੰਬਰ ਤੱਕ ਦਾ ਪ੍ਰੋਗਰਾਮ ਇਹ ਆਲ ਓਵਰ ਇੰਡੀਆ ਦਾ ਪ੍ਰੋਗਰਾਮ ਹੈ। ਪੂਰੇ ਦੇਸ਼ ਭਰ ਦੇ ਭਾਵ ਕਿ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਇਹ ਪ੍ਰੋਗਰਾਮ ਹੈ ਜਿਹੜਾ ਉਹ ਚੱਲੇਗਾ। ਉਹਦੇ ਨਾਲ ਨਾਲ ਅਸੀਂ ਜਿਹੜਾ 3 ਸਤੰਬਰ ਦਾ ਪ੍ਰੋਗਰਾਮ ਸਾਂਝੇ ਫਰੰਟ ਵੱਲੋਂ ਵਿਧਾਨ ਸਭਾ ਦੇ ਘਰਾਓ ਦਾ ਰੱਖਿਆ, ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਇਹ ਵੀ ਫੈਸਲਾ ਕੀਤਾ ਕਿ ਉਸ ਪ੍ਰੋਗਰਾਮ ਨੂੰ ਅਸੀਂ ਸਮਰਥਨ ਦਿੰਦੇ ਹਾਂ। ਅਤੇ ਸਾਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਹ 3 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਘਰਾਓ ਦਾ ਜਿਹੜਾ ਪ੍ਰੋਗਰਾਮ ਸਾਂਝੇ ਫਰੰਟ ਵੱਲੋਂ ਕੀਤਾ ਜਾ ਰਿਹਾ ਉਹਦੇ ਵਿੱਚ ਸ਼ਮੂਲੀਅਤ ਕਰਨ। ਅਗਲਾ ਜਿਹੜਾ ਅਸੀਂ ਪ੍ਰੋਗਰਾਮ ਲਿਖਿਆ ਉਹ ਇਹ ਹੈ ਕਿ ਪੰਜਾਬ ਦੇ ਵਿੱਚ 4 ਜਗ੍ਹਾ ਦੇ ਉੱਤੇ ਜਿਮਣੀ ਚੋਣ ਜਲਦ ਆ ਰਹੀ ਹੈ, ਪਰ ਉਹਦੇ ਵਿੱਚੋਂ ਗਿੱਦੜਬਾਹਾ ਅਤੇ ਬਰਨਾਲਾ ਇਹ 2 ਜਿਹੜੀਆਂ ਜਿਮਣੀ ਚੋਣਾਂ ਨੇ ਇਹਨੂੰ ਮੁੱਖ ਟਾਰਗੇਟ ਕੀਤਾ ਗਿਆ। ਅਤੇ ਜਲਦ ਹੀ ਜਦੋਂ ਵੀ ਤਰੀਕਾਂ ਦਾ ਐਲਾਨ ਮਾਨਯੋਗ ਚੋਣ ਕਮਿਸ਼ਨਰ ਸਾਹਿਬ ਕਰਨਗੇ ਤਾਂ ਉਸ ਸਮੇਂ ਗਿੱਦੜਬਾਹਾ ਅਤੇ ਬਰਨਾਲੇ ਦੇ ਵਿੱਚ CPF ਕਰਮਚਾਰੀ ਯੂਨੀਅਨ ਵੱਡੀ ਗਿਣਤੀ ਦੇ ਵਿੱਚ ਜਾ ਕੇ ਝੰਡਾ ਮਾਰਚ ਕਰੇਗੀ, ਰੋਸ ਪ੍ਰਦਰਸ਼ਨ ਕਰੇਗੀ। ਅਤੇ ਲੋਕਾਂ ਨੂੰ ਅਸੀਂ ਅਵੇਅਰ ਕਰਾਵਾਂਗੇ ਕਿ ਉਹ ਸਰਕਾਰ ਹੈ 22 ਦੇ ਵਿੱਚ ਜਿਨ੍ਹਾਂ ਨੇ ਸਾਡੇ ਨਾਲ ਧੋਖਾ ਕਰਕੇ ਸਰਕਾਰ ਬਣਾਤੀ, ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਲਗਾਤਾਰ ਮੀਟਿੰਗਾਂ ਕਰਕੇ ਮੀਟਿੰਗਾਂ ਦੇ ਕੇ ਮੀਟਿੰਗਾਂ ਕਰਨ ਤੋਂ ਭੱਜ ਰਹੇ ਨੇ। ਅਤੇ ਐਸੇ ਚੀਜ਼ ਦਾ ਜਿਹੜਾ ਮਸਲਾ ਹੈ ਕਿਉਂਕਿ ਸਾਡੇ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ ਚੋਣ ਹੋ ਜਾ ਰਹੀ ਹੈ, ਵਿਗੜ ਵੱਜ ਚੁੱਕਿਆ ਹੋਇਆ ਚੋਣਾਂ ਦਾ, ਉਹਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਉਲੀਕਿਆ ਕਿ ਬਹੁਤ ਜਲਦ ਆਉਣ ਵਾਲੇ ਦਿਨਾਂ 'ਚ ਚੰਡੀਗੜ੍ਹ ਅਤੇ ਅੰਬਾਲਾ ਵਿਖੇ ਇੱਕ ਵੱਡੇ ਪੱਧਰ 'ਤੇ ਪ੍ਰੈਸ ਕਾਨਫਰੰਸ ਕਰਾਂਗੇ। ਉਸ ਪ੍ਰੈਸ ਕਾਨਫਰੰਸ ਦਾ ਇੱਕੋ ਇੱਕ ਏਜੰਡਾ ਹੋਏਗਾ ਆਮ ਆਦਮੀ ਪਾਰਟੀ ਅਤੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ, ਉਹਨਾਂ ਦੀ ਅਸਲੀਅਤ ਲੋਕਾਂ ਨੂੰ ਦੱਸਾਂਗੇ ਕਿ 2022 ਦੇ ਵਿੱਚ ਅਸੀਂ ਸਰਕਾਰ ਅਤੇ ਪਾਰਟੀ ਦੇ ਬਹਿਕਾਵੇ 'ਚ ਆ ਕੇ ਬਹੁਤ ਵੱਡੀ ਮੈਜੋਰਟੀ ਆਮ ਆਦਮੀ ਪਾਰਟੀ ਨੂੰ ਦਿੱਤੀ, ਪਰ ਜਿਹੜੇ ਬਦਲਾਅ ਦੀ ਉਮੀਦ ਰੱਖੀ ਗਈ ਸੀ ਉਹ ਬਦਲਾਅ ਅੱਜ ਤੱਕ ਨਹੀਂ ਆਇਆ। ਜਦੋਂ ਅਸੀਂ ਗੱਲ ਕਰਦੇ ਹਾਂ ਪੁਰਾਣੀ ਪੈਨਸ਼ਨ ਦੀ ਤਾਂ ਸਾਡੀਆਂ ਬਦਲੀਆਂ ਹੁੰਦੀਆਂ, ਸਾਨੂੰ ਸਖਤੀ ਦੇ ਨਾਲ ਪੇਸ਼ ਕਰਦੀ ਹੈ ਸਰਕਾਰ ਜੇ ਕੋਈ ਧਰਨਾ ਰੈਲੀ ਕਰਦੇ ਹਾਂ, ਅਤੇ 7-51 ਵਰਗੇ ਪਰਚੇ ਨੇ ਜਿਹੜੇ ਉਹ ਸਾਡੇ ਮੁਲਾਜ਼ਮਾਂ ਨੂੰ ਡਰਾਇਆ ਜਾ ਰਿਹਾ। ਸੋ ਉਹਦਾ ਵਿਰੋਧ ਕਰਨ ਦੇ ਲਈ, ਸਰਕਾਰ ਦੀ ਅਸਲੀਅਤ ਦੱਸਣ ਦੇ ਲਈ ਇਹ ਪ੍ਰੈਸ ਕਾਨਫਰੰਸ ਆ ਚੰਡੀਗੜ੍ਹ ਅਤੇ ਅੰਬਾਲੇ ਦੇ ਵਿੱਚ ਕਰਾਂਗੇ। ਅਤੇ ਹਰਿਆਣੇ ਦੇ ਲੋਕਾਂ ਨੂੰ, ਹਰਿਆਣੇ ਦੇ ਵਿੱਚ ਜਾ ਕੇ CPF ਕਰਮਚਾਰੀ ਯੂਨੀਅਨ ਇਹ ਅਪੀਲ ਕਰੇਗੀ ਕਿ 2022 ਦੇ ਵਿੱਚ ਅਸੀਂ ਵੀ ਇਸੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ, ਬਦਲਾਅ ਦੇ ਨਾਂ ਨੂੰ ਵੋਟਾਂ ਪਾਈਆਂ ਸੀ। ਪਰ ਬੜੀ ਹੈਰਾਨੀ ਹੈ ਕਿ ਮੁੱਖ ਮੰਤਰੀ ਸਾਹਿਬ ਹੁਣ ਤੱਕ ਸਾਡੇ ਨਾਲ 17 ਤੋਂ ਵੱਧ ਮੀਟਿੰਗਾਂ ਪੋਸਟਪੋਨ ਕਰ ਚੁੱਕੇ ਨੇ, ਪਰ ਮੀਟਿੰਗ ਕਰਦੇ ਕਦੋਂ ਨੇ? ਉਸ ਵਕਤ ਮੁੱਖ ਮੰਤਰੀ ਸਾਹਿਬ ਮੀਟਿੰਗ ਕਰਦੇ ਨੇ ਜਦੋਂ ਕੋਈ ਨਾ ਕੋਈ ਜਿਮਣੀ ਚੋਣ ਹੋਵੇ। ਸਿਰਫ ਇੱਕੋ ਇੱਕ ਬਹਾਨਾ ਹੁੰਦਾ ਹੈ ਕਿ ਜਿਮਣੀ ਚੋਣ ਹੈ, ਚੋਣ ਜਾਬਤਾ ਲੱਗਾ, ਇਸ ਤੋਂ ਬਾਅਦ ਭਲਾ ਕਿ ਮੈਂ ਤੁਹਾਡਾ ਮੁੱਦਾ ਹੱਲ ਕਰ ਦੂੰ।
ਜਿਮਣੀ ਚੋਣ ਲੰਘ ਜਾਂਦੀ ਹੈ ਅਤੇ ਮੁੱਦਾ ਉੱਥੇ ਦਾ ਉੱਥੇ ਰਹਿੰਦਾ। ਪਰ ਇਸ ਵਾਰ ਜਿਹੜਾ ਗਿੱਦੜਬਾਹਾ ਦੇ ਬਰਨਾਲੇ ਦੇ ਵਿੱਚ ਹਰਿਆਣੇ ਦੇ ਵਿੱਚ ਲੋਕਾਂ ਨੂੰ ਜਾ ਕੇ ਅਸੀਂ ਜਾਗਰੂਕ ਕਰਾਂਗੇ। ਸੋ ਮੇਰੀ ਤੁਹਾਨੂੰ ਇਹ ਅਪੀਲ ਹੈ ਕਿ ਇਹਨਾਂ ਪ੍ਰੋਗਰਾਮਾਂ ਨੂੰ ਵੱਧ ਤੋਂ ਵੱਧ ਕਾਮਯਾਬ ਕਰੀਏ। 2 ਤੋਂ 6 ਤਰੀਕ ਤੱਕ ਕਾਲੇ ਬਿੱਲੇ ਕਾਲੇ ਬੈਚ ਲਗਾ ਕੇ ਸਰਕਾਰ ਦਾ NPS ਅਤੇ UPS ਦਾ ਵਿਰੋਧ ਕਰੀਏ। 1 ਸਤੰਬਰ ਕੰਪਿਊਟਰ ਅਧਿਆਪਕਾਂ ਦਾ ਜਿਹੜਾ ਪ੍ਰੋਗਰਾਮ ਅੱਜ ਤੋਂ ਸ਼ੁਰੂ ਹੋ ਰਿਹਾ ਉਹਦੇ ਵਿੱਚ ਸ਼ਮੂਲੀਅਤ ਜ਼ਰੂਰ ਕਰੀਏ ਅਤੇ ਉਹਦੇ ਨਾਲ ਨਾਲ 3 ਸਤੰਬਰ ਵਿਧਾਨ ਸਭਾ ਦਾ ਜਿਹੜਾ ਘਰਾਓਏ ਉਹਦੇ ਵਿੱਚ ਜਿਹੜੀ ਸ਼ਮੂਲੀਅਤ ਉਹ ਯਕੀਨੀ ਬਣਾਈਏ। ਉਹਦੇ ਨਾਲ ਮੈਂ ਤੁਹਾਨੂੰ ਇੱਕ ਦੱਸ ਦੇਣਾ ਚਾਹੁੰਦਾ ਕਿ 15 ਸਤੰਬਰ ਨੂੰ ਦਿੱਲੀ ਦੇ ਵਿੱਚ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੀ ਕੌਮੀ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ। ਉਸ ਮੀਟਿੰਗ ਦੇ ਵਿੱਚ ਅਸੀਂ ਜਲਦ ਹੀ ਦੇਸ਼ ਵਿਆਪੀ ਪ੍ਰੋਗਰਾਮ ਜਾਂ ਰੈਲੀਆਂ ਜਾਂ ਧਰਨੇ ਮੁਜ਼ਾਹਰਿਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਅਸੀਂ ਜਲਦ ਉੱਥੇ ਉਲੀਕਣ ਜਾ ਰਹੇ ਹਾਂ। ਸੋ ਅਖੀਰ ਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਮੈਂ ਉਮੀਦ ਰੱਖਦਾ ਕਿ ਜਿੱਦਾਂ ਤੁਸੀਂ ਪਹਿਲਾਂ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੱਤਾ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਡਾ ਸਾਥ ਜ਼ਰੂਰ ਦਿਓਗੇ। ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ।